चैनल नू किसे भी समय किसे भी थां ते देख सकते हो ओ वी अकाल चैनल दी ऐप दे जरिए जिसे विच लाइव टीवी प्रोग्राम वीडियोस कैचअप टीवी अकाल रेडियो अते नोटिस दे विच सारे प्रोग्रामां दा वेरवा मौजूद है तुसी इस ऐप दे जरिए गुरबाणी संध्या दा भी आनंद माण सकते हो अकाल चैनल दी ऐप नू हुणे डाउनलोड करो गूगल प्ले स्टोर अते ऐप स्टोर दे विचों वर्ल्ड्स नंबर 1 सिख मीडिया चैनल अकाल चैनल ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੁਰ ਕੀ ਬਾਤ ਵਿੱਚ ਅੱਜ ਅਸੀਂ ਅਖੀਰਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਅਤੇ ਸ਼ਹਾਦਤ ਤੋਂ ਬਾਅਦ ਦੇ ਇੱਕ ਛੋਟੇ ਜਿਹੇ ਮਾਹੌਲ 'ਤੇ ਝਾਤ ਪਾਵਾਂਗੇ ਵੀ ਸ਼ਹਾਦਤ ਦਾ ਅਸਰ ਬੱਚੇ ਦੇ ਜੀਵਨ ਦੇ ਉੱਪਰ ਕਿਵੇਂ ਹੁੰਦਾ ਹੈ ਅਤੇ ਇਹੀ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਅੰਦਰ ਜੰਗਾਂ ਅਤੇ ਯੁੱਧਾਂ ਦੇ ਵਿੱਚ ਉਹੀ ਰੋਹ ਦੇਖਣ ਨੂੰ ਕਿਵੇਂ ਮਿਲਦਾ ਹੈ। ਆਓ ਸਾਰੇ ਸਵਾਲਾਂ ਦੇ ਜਵਾਬ ਗਿਆਨੀ ਜੀ ਦੇ ਕੋਲੋਂ ਲਵਾਂਗੇ। ਅੱਜ ਵੀ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਗਿਆਨੀ ਗੁਰਦੀਪ ਸਿੰਘ ਕਪੂਰਥਲਾ। ਆਓ ਤੇ ਇਹਨਾਂ ਦੇ ਕੋਲੋਂ ਸਵਾਲਾਂ ਦੇ ਜਵਾਬ ਲੈਂਦੇ ਹਾਂ, ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਆਪਾਂ ਗੱਲ ਕਰਦੇ ਸੀ ਸ਼ਹਾਦਤ ਦੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਰਾਵੀ ਦਰਿਆ ਦੇ ਵਿੱਚ ਰੋੜ ਕੇ ਜੀ ਇਹਨਾਂ ਲੋਕਾਂ ਨੇ ਸ਼ਹੀਦ ਕਰ ਦਿੱਤਾ ਹੈ ਜੀ। ਜਦੋਂ ਅਸੀਂ ਸ਼ਹਾਦਤ ਦੀ ਗੱਲ ਕਰਦੇ ਹਾਂ ਅੱਜ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਤੇ ਬੱਚੇ ਵੀ ਸਾਡੇ ਤੇ ਸਵਾਲ ਕਰਦੇ ਆ ਵੀ ਤੱਤੀ ਤਵੀ ਤੇ ਪਾਤਸ਼ਾਹ ਜੀ ਬੈਠੇ ਆ, ਹਨਾ ਜੀ, ਜਾਂ ਜਦੋਂ ਅਸੀਂ ਇਸ ਤਰੀਕੇ ਦੀ ਗੱਲ ਕਰਦੇ ਹਾਂ ਤੇ ਮੇਰੇ ਵੀ ਮਨ ਦੇ ਵਿੱਚ ਕਈ ਵਾਰੀ ਖਿਆਲ ਆਉਂਦਾ ਆ ਵੀ ਸਤਿਗੁਰੂ ਤੇ ਤੱਤੀ ਤਵੀ ਤੇ ਬੈਠ ਕੇ ਵੀ ਸ਼ੀਤਲ ਨੇ, ਕਿਉਂਕਿ ਸ਼ੀਤਲ ਹਿਰਦੇ ਦੇ ਵਿੱਚੋਂ ਐਸੇ ਬੋਲ ਨਿਕਲ ਸਕਦੇ ਨੇ ਨਾ, ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ, ਸ਼ੀਤਲ ਹਿਰਦੇ ਦੇ ਵਿੱਚੋਂ ਐਸੇ ਬੋਲ ਨਿਕਲ ਸਕਦੇ ਨੇ ਤੇਰਾ ਕੀ ਆ ਮਿੱਠਾ ਲੱਗਾ। ਸਤਿਗੁਰੂ ਤੱਤੀ ਤਵੀ ਤੇ ਬੈਠ ਕੇ ਵੀ ਸ਼ੀਤਲ ਨੇ ਤੇ ਗਿਆਨੀ ਜੀ ਅਸੀਂ ਠੰਡੇ ਏਸੀ ਕਮਰਿਆਂ ਵਿੱਚ ਬਹਿ ਕੇ ਵੀ ਤਪੇ ਪਏ ਹਾਂ, ਉਹ ਭਾਵੇਂ ਸਾਡੇ ਗੁਰਦੁਆਰਾ ਸਾਹਿਬਾਨ ਨੇ ਏਸੀ ਲੱਗੇ ਹੋਏ ਨੇ, ਉਹ ਭਾਵੇਂ ਗੁਰਦੁਆਰਾ ਸਾਹਿਬਾਨਾਂ ਦੇ ਦਫ਼ਤਰ ਨੇ, ਉੱਥੋਂ ਤਾਂ ਜ਼ਿਆਦਾ ਹੀਟ ਕਈ ਵਾਰੀ ਆਉਂਦੀ ਹੁੰਦੀ ਹੈ, ਹਨਾ ਤੁਸੀਂ ਬੜਾ ਨੇੜੇ ਹੋ ਕੇ ਦੇਖਿਆ ਆ, ਉੱਥੇ ਵੀ ਏਸੀ ਲੱਗਾ ਹੁੰਦਾ, ਉਹਦਾ ਬਿੱਲ ਭਾਵੇਂ ਗੁਰੂ ਘਰ ਦੇ ਖਾਤੇ ਦੇ ਵਿੱਚ ਆਉਣਾ ਹੁੰਦਾ ਗੁਰੂ ਘਰ ਦੇ ਮੀਟਰ ਵਿੱਚੋਂ, ਤੇ ਪ੍ਰਧਾਨ ਬੜਾ ਆਨੰਦ ਲੈ ਰਿਹਾ ਹੁੰਦਾ, ਉੱਥੇ ਵੀ ਇੰਨੀ ਗਰਮੀ ਅੰਦਰ ਕਿਉਂ ਹੈ? ਉਹਦਾ ਕਾਰਨ ਆ ਜੀ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਨਾਲ ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਜੀ ਤੇ ਬਾਣੀ ਦੇ ਵਿੱਚੋਂ ਹਰ ਇੱਕ ਦਾਤ ਜਿਹੜੀ ਉਹ ਸਾਡੀ ਝੋਲੀ ਵਿੱਚ ਪਈ ਜਾਂਦੀ ਹੈ ਜੀ। ਹੁਣ ਮਹਾਰਾਜ ਕਹਿੰਦੇ ਨੇ ਵੀ ਜੀਂਦੇ ਜੀ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਇੱਕ ਬਚਨ ਅਸੀਂ ਸੁਖਮਣੀ ਸਾਹਿਬ 'ਚੋਂ ਲੈ ਕੇ ਚੱਲੀਏ ਜੀ। ਇੱਕ ਬਚਨ 'ਚ ਮਹਾਰਾਜ ਕਹਿੰਦੇ ਦੇਣ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ ਨਾਨਕ ਕਹੂ ਨਾ ਸੀਜਈ ਬਿਨ ਨਾਵੇਂ ਪਤ ਜਾਏ ਜੀ। ਦੇਣ ਹਾਰੇ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੇ ਆਸ ਰੱਖਣੀ ਜੀ, ਭਾਵ ਗੁਰਬਾਣੀ ਨਾਲੋਂ ਟੁੱਟ ਜਾਣਾ ਤੇ ਵਡੇਰੀ ਬਾਤ ਅਸਲ ਵਿੱਚ ਜਿਹਦੇ ਕੋਲ ਰੱਬੀ ਬਾਣੀ ਹੈ ਬਾਣੀ ਵਿੱਚੋਂ ਹੀ ਮਖੂ ਸਾਹਿਬ ਸਾਨੂੰ ਅਸਲ ਵਿੱਚ ਜੀਵਨ ਜਿਉਣ ਦੀ ਜੁਗਤੀ ਮਿਲੇਗੀ ਜੀ। ਜਦੋਂ ਜੀਵਨ ਜਿਉਣ ਦੀ ਜੁਗਤੀ ਆਏਗੀ ਜੀਵਨ ਵਿੱਚ ਆਏਗੀ ਰਜ਼ਾ ਜੀ, ਹੁਕਮ ਭਾਣਾ। ਹੁਣ ਇਹ ਲਫ਼ਜ਼ ਮੇਰੇ ਲਈ ਕਹਿਣੇ ਬੜੇ ਸੌਖੇ ਆ, ਆਮ ਤੌਰ 'ਤੇ ਸ਼ਾਇਦ ਸੁਣਨੇ ਵੀ ਉਨੇ ਸੌਖੇ ਹੋਣ, ਸਭ ਤੋਂ ਵੱਡੀ ਗੱਲ ਆ ਇਹਨੂੰ ਜੀਵਨ ਵਿੱਚ ਲਾਗੂ ਕਰਨਾ ਜੀ। ਹੁਣ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਸੀਂ ਜਦੋਂ ਜੀਵਨ ਪੜ੍ਹਦੇ ਹਾਂ ਅੱਗੇ ਤੱਕ ਸ਼ਹੀਦਾਂ ਮੁਰੀਦਾਂ ਦਾ ਜੀ, ਵੱਡੀ ਗੱਲ ਸੀ ਵੀ ਉਹਨਾਂ ਦੇ ਜੀਵਨ ਦੇ ਵਿੱਚ ਭਾਣਾ ਆ ਜੀ, ਰਜ਼ਾ ਆ, ਅਕਾਲ ਪੁਰਖ ਦੇ ਹੁਕਮ ਨੂੰ ਸੱਤ ਕਰਕੇ ਮੰਨਿਆ ਜਿੱਥੇ ਤੂੰ ਰੱਖ ਰਿਹਾ ਜੀ। ਜਿਵੇਂ ਰੱਬੀ ਬਾਣੀ 'ਚ ਭਗਤ ਜਨ ਕਹਿੰਦੇ ਨੇ, ਆਪਾਂ ਕੱਲਾ ਇਹ ਨਹੀਂ ਕਹਿ ਸਕਦੇ ਵੀ ਸਤਿਗੁਰ ਪਾਤਸ਼ਾਹ ਜੀ ਨੇ ਰਜ਼ਾ ਨੂੰ ਹੀ ਮੰਨਿਆ ਜੀ, ਕੱਲਾ ਇਹ ਵੀ ਪੱਖ ਨਹੀਂ ਲੈ ਸਕਦੇ, ਹਕੂਮਤ ਦੇ ਅੱਗੇ ਵੀ ਗੋਡੇ ਨਹੀਂ ਟੇਕੇ, ਬਿਲਕੁਲ ਆਪਾਂ ਇਹ ਵੀ ਪੱਖ ਵੀ ਸਰੀਰ ਦਾ ਭਾਂਡਾ ਭੰਨ ਦਿੱਤਾ ਪਰ ਹਕੂਮਤ ਦੇ ਅੱਗੇ ਗੋਡਾ ਨਹੀਂ ਟੇਕਿਆ। ਹਾਂਜੀ, ਉਹ ਜਦੋਂ ਰੱਬੀ ਬਾਣੀ ਦਾ ਪੱਖ ਆ ਜੀ, ਜਦੋਂ ਸੱਚ ਦੇ ਉੱਤੇ ਪਹਿਰਾ ਦੇਣਾ ਹੈ, ਫਿਰ ਸੱਚ ਨੂੰ ਸੱਚ ਕਹਿਣਾ ਅਤੇ ਝੂਠ ਨੂੰ ਝੂਠ ਕਹਿਣਾ। ਆਪਾਂ ਇੱਕ ਬਚਨ ਲਈਏ, ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੇ, ਜੀਂਦੇ ਜੀ ਜ਼ਿੰਦਗੀ ਕਿਹਦੀ ਮੁਕਤ ਆ ਜੀ। ਹੁਣ ਪਹਿਲਾਂ ਉਹ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ, ਉਹਦੇ ਲਈ ਖੁਸ਼ੀ ਅਤੇ ਉਹਦੇ ਲਈ ਸੋਗ ਇੱਕ ਜਿਹਾ ਆ, ਇਹ ਹੋ ਜਾਏਗਾ ਰਜ਼ਾ ਦੇ ਵਿੱਚ ਰਹਿਣ ਦਾ ਨਾਂ ਜੀ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਉਹਦੀ ਜ਼ਿੰਦਗੀ 'ਚ ਆਨੰਦ ਆ, ਭਾਵੇਂ ਬਾਬਾ ਪ੍ਰਿਥੀ ਚੰਦ ਤੰਗ ਕਰ ਰਿਹਾ ਹੋਵੇ ਤਾਂ ਵੀ ਮਹਾਰਾਜ ਉਸੇ ਆਨੰਦ 'ਚ ਆ, ਚਾਹੇ ਤੱਤੀ ਤਵੀ ਆਈ 'ਚ ਤਾਂ ਵੀ ਉਹੀ ਆਨੰਦ ਆ ਜੀ। ਫਿਰ ਕਹਿੰਦੇ ਨੇ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਜੀ।
ਇਹ ਬਹੁਤ ਵੱਡਾ ਇੱਕ ਮੈਟਰ ਆ, ਇੱਕ ਜ਼ਿੰਦਗੀ ਦੇ ਵਿੱਚ ਕਾਰਜ ਕਰਦਾ ਆ ਜੇ ਇਹਦੇ ਉੱਤੇ ਅਸੀਂ ਪਹਿਰਾ ਦਿੰਦੇ ਹਾਂ। ਨਾਲ ਆਪਾਂ ਰਜ਼ਾ ਦੀ ਗੱਲ ਕਰਦੇ ਹਾਂ, ਇਹ ਸੀ ਵੀ ਇਕੱਲਾ ਸ਼ਹੀਦੀ ਨੂੰ ਰਜ਼ਾ ਦੇ ਵਿੱਚ ਹੀ ਨਹੀਂ, ਅਸਲੀਅਤ ਆ ਵੀ ਜਿਹੜਾ ਸੱਚ ਆ ਉਹ ਸੱਚ ਕਹਿਣਾ ਆ। ਹੁਣ ਸੱਚ ਕਹਿਣਾ ਪਰਮਾਤਮਾ ਨੇ ਵੀ ਸਿਖਾਇਆ, ਗੁਰੂ ਨੇ ਵੀ ਸਿਖਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਵੇਲੇ ਦਾ ਸੱਚ ਵੇਲੇ 'ਤੇ ਕਹਿਣਾ ਅਸਲ 'ਚ ਇਹ ਸਭ ਤੋਂ ਵੱਡੀ ਸ਼ਹਾਦਤ ਆ, ਕਿਉਂਕਿ ਸ਼ਹਾਦਤ ਦੇ ਅੱਖਰੀ ਅਰਥ ਹੀ ਆ ਗਵਾਹੀ ਦੇਣ ਵਾਲਾ, ਜਿਹੜੇ ਸੱਚ ਦੀ ਖਾਤਰ ਗੱਲ ਕਰਨ ਵਾਲਾ, ਸੱਚ ਦੀ ਗਵਾਹੀ ਦੇਣ ਵਾਲਾ। ਆਪਾਂ ਇੰਝ ਵੀ ਕਹਿ ਸਕਦੇ ਹਾਂ ਫਿਰ ਸੱਚ ਨੂੰ ਹੀ ਤੱਤੀਆਂ ਤਵੀਆਂ ਨੇ। ਬਿਲਕੁਲ, ਸੱਚ ਨੂੰ ਹੀ ਤੱਤੀਆਂ ਤਵੀਆਂ ਨੇ, ਔਰ ਗੁਰੂ ਸਾਹਿਬ ਨੇ ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਤੱਤੀ ਤਵੀ 'ਤੇ ਬਹਿ ਕੇ ਵੀ ਉਹ ਠੰਡੇ ਨੇ। ਅਤੇ ਅਸੀਂ ਇਕੱਲੇ ਬਾਹਰੀ ਤੌਰ 'ਤੇ ਇੱਕ ਸਾਡਾ ਆਹ ਜਿਹੜਾ ਰੂਪ ਆ, ਮੈਂ ਕਹਾਂ ਵੀ ਬਸਤਰ ਪਾ ਲੈਣੇ, ਬਾਹਰੀ ਤੌਰ 'ਤੇ ਕਕਾਰੀ ਬਾਣਾ ਪਾ ਲੈਣਾ, ਪਰ ਜੀਵਨ ਵਿੱਚ ਗੁਰੂ ਦੀ ਬਾਣੀ ਦਾ ਪ੍ਰਕਾਸ਼ ਨਹੀਂ। ਅਤੇ ਸੱਚ ਆ ਵੀ ਠੰਡੇ ਏਸੀ 'ਚ ਬਹਿ ਕੇ ਵੀ ਸਾਡੇ ਅੰਦਰੋਂ ਤਪਸ਼ ਹੀ ਨਿਕਲੇਗੀ, ਗਰਮੀ ਹੀ ਨਿਕਲੇਗੀ। ਦਰਸ਼ਕੋ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਪੜ੍ਹਦੇ ਹਾਂ, ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿੱਟੀ ਕਾਮ। ਸਤਿਗੁਰ ਕਿਰਪਾ ਕਰਦੇ ਨੇ ਪਾਤਸ਼ਾਹ ਜੀ, ਕਹਿੰਦੇ ਵੀ ਦੇਖੋ ਚੰਦਨ ਵੀ ਬੜਾ ਠੰਡਾ ਮੰਨਿਆ ਜਾਂਦਾ, ਖਾਸ ਕਰਕੇ ਸਨਾਤਨੀ ਵੀਰਾਂ ਵੱਲ ਤੁਸੀਂ ਦੇਖੋਗੇ, ਉਹਨਾਂ ਦੇ ਮੱਥੇ ਦੇ ਉੱਪਰ ਚੰਦਨ ਦਾ ਲੇਪ ਕੀਤਾ ਹੁੰਦਾ। ਜੇ ਕੋਈ ਪੁੱਛੇ ਵੀ ਇਹ ਕੀ ਹੈ, ਉਹ ਕਹਿੰਦੇ ਚੰਦਨ ਠੰਡਾ ਹੁੰਦਾ, ਇਸ ਕਰਕੇ ਮੱਥੇ 'ਤੇ ਲੇਪ ਕੀਤਾ ਹੋਇਆ। ਸਤਿਗੁਰੂ ਕਹਿੰਦੇ ਵੀ ਮੰਨਿਆ ਚੰਦਨ ਵੀ ਠੰਡਾ ਆ, ਪਰ ਇਹਦੀ ਠੰਡ ਤੁਹਾਡੇ ਅੰਦਰ ਤੱਕ ਨਹੀਂ ਜਾਂਦੀ। ਦੂਜੇ ਨੰਬਰ ਦੇ ਉੱਪਰ ਜੇ ਦੇਖਿਆ ਜਾਵੇ ਤਾਂ ਚੰਦਰਮਾ ਦੀ ਚਾਂਦਨੀ ਨੂੰ ਵੀ ਲੋਕ ਠੰਡਾ ਮੰਨਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਮੰਨ ਲਿਆ ਵੀ ਇਹ ਵੀ ਠੰਡੀ ਹੈ। ਤੀਜੇ ਨੰਬਰ ਦੇ ਉੱਪਰ ਸਿਆਲ ਦੀ ਰੁੱਤ ਜਿਹੜੀ ਹੈ, ਲੋਕ ਕਹਿੰਦੇ ਨਾ ਨਾ ਜੀ, ਸਿਆਲ ਦੀ ਰੁੱਤ ਦੇ ਵਿੱਚ ਤਾਂ ਬੁਰਾ ਹਾਲ ਹੋ ਜਾਂਦਾ, ਰਾਤਾਂ ਠਰਦੀਆਂ ਨੇ। ਪਾਤਸ਼ਾਹ ਜੀ ਕਹਿੰਦੇ ਤਿੰਨੇ ਰੁੱਤਾਂ ਆਪਾਂ ਮੰਨ ਲੈਂਦੇ ਹਾਂ, ਆਪਾਂ ਇਹ ਕਹਿ ਦਿੰਦੇ ਹਾਂ ਵੀ ਸਰਦ ਰੁੱਤ ਵੀ ਬੜੀ ਠੰਡੀ ਹੈ, ਚੰਦਰਮਾ ਦੀ ਚਾਂਦਨੀ ਵੀ ਬੜੀ ਠੰਡੀ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਆਪਾਂ ਚੰਦਨ ਨੂੰ ਵੀ ਠੰਡਾ ਮੰਨ ਲੈਂਦੇ ਹਾਂ, ਪਰ ਸਾਹਿਬ ਜੀ ਕਹਿੰਦੇ ਇੱਕ ਚੀਜ਼ ਦਾ ਚੇਤਾ ਰੱਖਿਆ ਜੇ, ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿੱਟੇ ਕਾਮ। ਜਿਵੇਂ ਪ੍ਰਕਾਸ਼ ਬਾਹਰ ਬੜਾ ਜ਼ਿਆਦਾ ਹੁੰਦਾ ਪਰ ਤੇਰੇ ਅੰਦਰ ਦੇ ਹਨੇਰੇ ਨੂੰ ਖਤਮ ਨਹੀਂ ਕਰ ਸਕਦਾ, ਇਹ ਠੰਡ ਬਾਹਰ ਬੜੀ ਜ਼ਿਆਦੀ ਹੈ ਪਰ ਚੇਤਾ ਰੱਖੀ ਮਿੱਤਰਾ, ਇਹ ਤੇਰੇ ਅੰਦਰ ਦੀ ਤਪਸ਼ ਨੂੰ ਖਤਮ ਨਹੀਂ ਕਰ ਸਕਦੀ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿੱਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅੱਜ ਉਹ ਚੀਜ਼ ਸਾਡੇ ਕੋਲ ਹੈ ਨਹੀਂ ਜਿਹਦੇ ਕਰਕੇ ਸਾਡਾ ਅੰਦਰ ਤਪਿਆ ਪਿਆ, ਸਾਡਾ ਅੰਦਰ ਵਿਕਾਰਾਂ ਨੇ ਕਲਪਾਇਆ ਪਿਆ। ਯਾਨੀ ਜੀ, ਜਿਵੇਂ ਅਸੀਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰਦੇ ਹਾਂ ਜੀ, ਵੀ ਸਤਿਗੁਰੂ ਤਤੀ ਤਵੀ 'ਤੇ ਬਹਿ ਕੇ ਠੰਡੇ ਨੇ, ਅਸੀਂ ਠੰਡੇ ਏਸੀ ਕਮਰੇ ਵਿੱਚ ਬਹਿ ਕੇ ਤਪੇ ਪਏ ਹਾਂ, ਸਾਡੀਆਂ ਏਸੀ ਗੱਡੀਆਂ ਨੇ ਠੰਡੀਆਂ ਬੜੀਆਂ ਨੇ ਪਰ ਅਸੀਂ ਤਪੇ ਪਏ ਹਾਂ। ਜੇ ਇਸ ਤੋਂ ਵੀ ਥੋੜ੍ਹੀ ਜਿਹੀ ਆਪਾਂ ਅੱਗੇ ਗੱਲ ਕਰੀਏ ਤਾਂ ਜੇ ਆਪਣੇ ਦਫ਼ਤਰ ਦੇ ਵਿੱਚ ਵੀ ਜਾਂਦੇ ਹਾਂ ਤਾਂ ਉੱਥੇ ਠੰਡਾ ਏਸੀ ਹੈ ਜਿਹਨੇ ਪੂਰੇ ਕਮਰੇ ਨੂੰ ਠਾਰਿਆ ਪਿਆ, ਪਰ ਸਾਡੇ ਬੋਲ ਉੱਥੇ ਵੀ ਬੜੇ ਗਰਮ ਨੇ, ਇੱਥੋਂ ਪਤਾ ਲੱਗਦਾ ਵੀ ਅਸੀਂ ਤਪੇ ਪਏ ਹਾਂ। ਇਹਦਾ ਕਾਰਨ ਸਤਿਗੁਰ ਪਾਤਸ਼ਾਹ ਜੀ ਦੀ ਮਿਸਾਲ ਸਾਹਮਣੇ ਹੋਵੇ ਅਤੇ ਅਸੀਂ ਉਸ ਜਗ੍ਹਾ ਦੇ ਉੱਪਰ ਖੜ੍ਹ ਕੇ ਆਪਣੇ ਆਪ ਨੂੰ ਤੋਲੀਏ ਅਤੇ ਜ਼ਮੀਨ ਅਸਮਾਨ ਦਾ ਫਰਕ ਹੈ, ਇਹਦੇ ਬਾਰੇ ਕੀ ਕਹੋਗੇ? ਇਹ ਗੱਲ ਹੈ ਜੀ ਵੀ ਜਿਵੇਂ ਅਧਿਆਪਕ ਦੇ ਘਰ ਵਿੱਚ ਜਨਮ ਲੈਣ ਵਾਲਾ ਬੱਚਾ, ਜ਼ਰੂਰੀ ਨਹੀਂ ਵੀ ਉਹਨੂੰ ਸਾਰੇ ਲੋਕ ਉਹਨੂੰ ਵੀ ਟੀਚਰ ਹੀ ਕਹਿਣ। ਜੱਜ ਦੇ ਘਰ ਵਿੱਚ ਬੱਚਾ ਜਨਮ ਲਏ ਅਤੇ ਉਹ ਜੰਮਦਿਆਂ ਵੀ ਜੱਜ ਨਹੀਂ ਜੀ। ਡਾਕਟਰ ਦੇ ਘਰ ਵਿੱਚ ਬੱਚੇ ਜਨਮ ਲੈ ਲਿਆ ਅਤੇ ਉਹ ਡਾਕਟਰ ਨਹੀਂ। ਡਾਕਟਰ ਤੱਕ ਅੱਪੜਨਾ ਇੱਕ ਪੜਾਅ ਆ, ਇੱਕ ਮੰਜ਼ਿਲ ਆ, ਉਹਦੇ ਵਿੱਚ ਬਹੁਤ ਮਿਹਨਤ ਕਰਨੀ ਪਏਗੀ, ਫਿਰ ਜਾ ਕੇ ਉਹ ਵਿੱਦਿਆ ਹਾਸਲ ਕਰਕੇ ਹੀ ਡਾਕਟਰ ਬਣਦੇ। ਹੁਣ ਅਸੀਂ ਕਹੀਏ ਵੀ ਸਿੱਖ ਹੋਣ ਦੇ ਨਾਂ 'ਤੇ ਇਤਿਹਾਸ ਵੀ ਪੜ੍ਹ ਲਿਆ, ਮੈਂ ਕਿਹਾ ਵੀ ਸਰੂਪ ਵੀ ਮੇਰਾ ਸਿੱਖੀ ਵਾਲਾ ਆ, ਪਰ ਸਰੂਪ ਧਾਰਨ ਕਰਕੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਅਸੀਂ ਸਿੱਖ ਨਹੀਂ ਹਾਂ। ਇਤਿਹਾਸ ਇਕੱਲਾ ਪੜ੍ਹ ਲਿਆ ਹੀ ਬਹੁਤ ਨਹੀਂ ਹੁੰਦਾ, ਜ਼ਰੂਰੀ ਆ ਵੀ ਹਰੇਕ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਮੈਂ ਲਾਗੂ ਕਰਾਂ। ਹੁਣ ਭੱਟ ਸਾਹਿਬਾਨ ਸਰੀਰ ਰੂਪ 'ਚ ਗੁਰੂ ਸਾਹਿਬ ਕੋਲ ਆਉਂਦੇ ਨੇ, ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਨੂੰ ਉਹਨਾਂ ਵੇਖਿਆ ਅਤੇ ਉਹਨਾਂ ਦੇ ਹਿਰਦੇ 'ਚ ਪ੍ਰਕਾਸ਼ ਹੁੰਦਾ, ਉਹ ਦੋ ਆਪਾਂ ਬਚਨ ਸਾਂਝੇ ਕਰਦੇ ਚੱਲੀਏ। ਪਹਿਲੇ 'ਚ ਭੱਟ ਜੀ ਕਹਿੰਦੇ ਨੇ ਵੀ ਜੱਗ ਔਰ ਨਾ ਜਾਏ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿੰਨ ਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਧਤ 'ਤੇ ਮਤ ਚੁੱਕੈ ਰੇ ਮਨ, ਵੇਦ ਵਿਭੇਦ ਨਾ ਜਾਣ ਪੀਓ, ਪਰ ਤਸ਼ ਹਿਰਦੈ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਈਓ। ਫਿਰ ਉਹ ਕਹਿੰਦੇ ਨੇ ਜਬ ਲਓ ਨਹੀਂ ਭਾਗ ਲਲਾਰ ਉਦੈ, ਤਬ ਲਓ ਭਰਮ 'ਤੇ ਫਿਰਤੇ ਬਹੁਤ ਆਇਓ। ਚੰਗੇ ਭਾਗ ਨਹੀਂ ਸੀ ਅਤੇ ਬਹੁਤ ਭਟਕਦੇ ਰਹੇ ਅਸੀਂ ਵੀ, ਤਬ ਲਓ ਭਰਮ 'ਤੇ ਫਿਰਤੇ ਬਹੁਤ ਆਇਓ, ਕੱਲ੍ਹ ਘੋਰ ਸਮੁੰਦਰ ਮੈਂ ਬੂਢਤ 'ਤੇ ਕਬ ਹੂੰ ਮਿੱਟ ਹੈ ਨਹੀਂ ਰੇ ਪਛਤਾਇਓ।
ਤਤ ਵਿਚਾਰ ਯਹ ਮਥੁਰਾ, ਮਥੁਰਾ ਮੈਂ ਤਤ ਵਿਚਾਰ ਕੇ ਕਹਿ ਚੱਲਿਆ। ਭੱਟ ਮਥੁਰਾ ਜੀ ਕਹਿੰਦੇ ਨੇ ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਗਤ ਨੂੰ ਤਾਰਨ ਲਈ ਪਰਮਾਤਮਾ ਨੇ ਗੁਰੂ ਅਰਜਨ ਦੇਵ ਸਾਹਿਬ ਦਾ ਰੂਪ ਧਾਰਿਆ ਜੀ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਹੁਣ ਜਪਿਓ ਤੋਂ ਭਾਵ ਇੱਥੇ ਆ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਸਿੱਖਿਆਵਾਂ ਆਪਣੇ ਜੀਵਨ ਦੇ ਵਿੱਚ ਅਸੀਂ ਲਾਗੂ ਕਰ ਲਈਏ। ਇਵੇਂ ਆ ਵੀ ਜਿਵੇਂ ਇੱਕ ਪ੍ਰਚਾਰਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਸੁਣਾ ਕੇ ਉੱਠਿਆ, ਇੱਕ ਘੰਟਾ ਕਥਾ ਕਰਕੇ ਅਸੀਂ ਆਖਦੇ ਵੀ ਥੱਕ ਗਏ, ਦੋ ਘੰਟੇ ਕੀਰਤਨ ਕਰਕੇ ਕਿਹਾ ਅਸੀਂ ਗੁਰੂ ਅਮਰਦਾਸ ਦੀ ਬਾਣੀ ਪੜ੍ਹੀ ਥੱਕ ਗਏ, ਪਰ ਉਦਾਹਰਨ ਉਸ ਬਾਪੂ ਦੀ ਦੇ ਰਿਹਾ ਜਿਹਨੇ 12 ਵਰੇ ਘਾਲ ਕਮਾਈ, ਪਰ ਇਹ ਨਹੀਂ ਆਇਆ ਵੀ ਉਹ ਥੱਕ ਗਏ ਕਿਤੇ। ਹੁਣ ਉਹ ਚੀਜ਼ ਨੂੰ ਸਾਹਮਣੇ ਰੱਖਿਆ, ਬੋਲਿਆ ਹੈ, ਪਰ ਖਿਮਾ ਕਰਨਾ ਉਹਨੂੰ ਧਾਰਨ ਨਹੀਂ ਕੀਤਾ ਜੀ। ਜ਼ਰੂਰੀ ਹੈ ਵੀ ਜਿਹੜਾ ਇਤਿਹਾਸ ਅਸੀਂ ਕਹਿੰਦੇ ਹਾਂ, ਸੁਣਦੇ ਹਾਂ, ਉਹਨੂੰ ਆਪਣੇ ਜੀਵਨ ਵਿੱਚ ਧਾਰਨ ਜ਼ਰੂਰ ਕਰੀਏ। ਜਦੋਂ ਉਹ ਜੀਵਨ ਵਿੱਚ ਧਾਰਨ ਕਰਾਂਗੇ ਤਾਂ ਫਿਰ ਸਮਝ ਆਏਗੀ ਵੀ ਇੱਕ ਪਾਸੇ ਤੱਤੀਆਂ ਤਵੀਆਂ 'ਤੇ ਬੈਠਣ ਵਾਲੇ ਦੇ ਹਿਰਦਾ ਠੰਡਾ ਆ, ਉਹਦੀ ਰਸਨਾ ਤੋਂ ਠੰਡੇ ਬੋਲ ਨਿਕਲ ਰਹੇ ਆ ਜੀ, ਔਰ ਅਸੀਂ ਠੰਡੀ ਥਾਂ 'ਤੇ ਰਹਿ ਕੇ ਗਰਮ ਕਿਉਂ ਹਾਂ ਜੀ? ਅਸੀਂ ਉਸ ਬਾਪੂ ਦੇ ਬੱਚੇ ਹਾਂ ਜਿਹਨੇ ਕੁਰਬਾਨੀ ਦੇ ਕੇ ਇੱਕ ਮਿਸਾਲ ਕਾਇਮ ਕਰ ਦਿੱਤੀ। ਜੇ ਉਹਦੇ ਬੱਚੇ ਅਸੀਂ ਤਾਂ ਹੀ ਹਾਂ, ਇਕੱਲਾ ਉਹਦੇ ਘਰ 'ਚ ਜਨਮ ਲੈ ਕੇ ਨਹੀਂ ਜੀ। ਸੱਚ ਹੈ ਵੀ ਉਸ ਗੱਲ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰੀਏ। ਯਾਨੀ ਜੀ ਚਲੋ, ਇਹ ਤਾਂ ਆਪਾਂ ਸ਼ਹਾਦਤ ਦੀ ਗੱਲ ਕੀਤੀ ਹੈ ਜੀ ਵੀ ਸਤਿਗੁਰੂ ਤੱਤੀ ਤਵੀ 'ਤੇ ਬਹਿ ਕੇ ਠੰਡੇ, ਅਤੇ ਅਸੀਂ ਠੰਡੇ ਸੀ ਕਮਰੇ 'ਚ ਬਹਿ ਕੇ ਤਪੇ ਕਿਉਂ ਹਾਂ ਜੀ? ਕਿਉਂਕਿ ਸਾਡੇ ਅੰਦਰ ਉਹ ਚੀਜ਼ ਨਹੀਂ ਜਿਹੜੀ ਗੁਰੂ ਸਾਹਿਬ ਜੀ ਦੇ ਅੰਦਰ ਸੀ ਜੀ। ਬਿਲਕੁਲ, ਆਪਾਂ ਉਹ ਸਾਰਾ ਪੱਖ ਲੈ ਲਿਆ, ਹਕੂਮਤ ਦੇ ਅੱਗੇ ਗੋਡੇ ਨਹੀਂ ਟੇਕੇ ਜੀ। ਪਰ ਇਸ ਸ਼ਹਾਦਤ ਤੋਂ ਬਾਅਦ ਕੌਮ ਦੇ ਅੰਦਰ ਇੱਕ ਨਵੀਂ ਰੂਹ ਕਿਵੇਂ ਭਰੀ ਜਾਂਦੀ ਹੈ? ਨੌਜਵਾਨਾਂ ਦੇ ਜਜ਼ਬਾਤ ਕਿਹੋ ਜਿਹੇ ਹੁੰਦੇ ਹੈ? ਜਦੋਂ ਸ਼ਹਾਦਤ ਦਾ ਪੱਖ ਵੇਖ ਲਿਆ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ 'ਤੇ ਬੈਠ ਜਾਣਾ ਜੀ, ਅਤੇ ਮਹਾਰਾਜ ਪਿਤਾ ਜੀ ਇੱਕ ਗੱਲ ਕਰਦੇ ਨੇ ਵੀ ਅਪੀਲ ਨਾਲ ਵੀ ਗੱਲ ਕਰ ਲਈ ਗਈ, ਦਲੀਲ ਨਾਲ ਵੀ ਗੱਲ ਕਰ ਲਈ ਗਈ। ਜਦੋਂ ਆਪਣੇ ਘਰ ਵਿੱਚ ਹੀ ਕੋਈ ਸਾਨੂੰ ਨਾ ਰਹਿਣ ਦੇ, ਆਪਣੇ ਘਰ ਵਿੱਚ ਅਸੀਂ ਸ਼ਾਂਤੀ ਨਾਲ ਜੀ ਰਹੇ ਹਾਂ, ਕਿਸੇ ਦੇ ਪ੍ਰਤੀ ਕੋਈ ਲਫ਼ਜ਼ ਉਲਟ ਨਹੀਂ ਵਰਤ ਰਹੇ, ਕਿਸੇ ਨੂੰ ਤੰਗ ਨਹੀਂ ਕਰ ਰਹੇ, ਅਤੇ ਹਕੂਮਤ ਫਿਰ ਵੀ ਜੀਣ ਨਾ ਦੇ, ਫਿਰ ਹਥਿਆਰ ਚੁੱਕਣਾ ਜਿਹੜਾ ਉਹ ਵਾਜਬ ਆ। ਫਿਰ ਗੁਰੂ ਹਰਗੋਬਿੰਦ ਸਾਹਿਬ ਇਹ ਆਵਾਜ਼ ਦਿੰਦੇ ਵੀ ਜੀ ਆਇਆਂ ਨੂੰ, ਸਿੱਖ ਅੱਗੇ ਵੀ ਆਉਂਦੇ ਸੀ ਹੁਣ ਵੀ ਆਉਂਦੇ, ਪਰ ਹੁਣ ਸੋਹਣੀਆਂ ਜਵਾਨੀਆਂ ਭੇਟਾ ਕਰੋ, ਹੁਣ ਮੈਨੂੰ ਹਥਿਆਰ ਲਿਆ ਕੇ ਦਿਓ, ਹੁਣ ਘੋੜੇ ਲਿਆ ਕੇ ਦਿਓ, ਹੁਣ ਜਵਾਨੀਆਂ ਭੇਟਾ ਕਰੋ, ਕਿਉਂਕਿ ਧਰਮ ਦੀ ਗੱਲ ਕਹਿਣੀ ਆਪਾਂ ਨੇ, ਪਰ ਧਰਮ ਦੀ ਗੱਲ ਅਪੀਲ ਦਲੀਲ ਨਾਲ ਕਹਿ ਕੇ ਵੇਖ ਲਈ ਆ। ਹੁਣ ਸਮਾਂ ਜਿਹੜਾ ਉਹ ਇਕੱਲੀ ਅਪੀਲ ਅਤੇ ਦਲੀਲ ਦਾ ਨਹੀਂ, ਹੁਣ ਸਮਾਂ ਜਿਹੜਾ ਉਹ ਸ਼ਮਸ਼ੀਰ ਦਾ ਆ ਜੀ। ਸ਼ਮਸ਼ੀਰ ਚੁੱਕੀ, ਗੁਰੂ ਸਾਹਿਬ ਨੇ ਕਿਸੇ ਇੱਕ ਮਨੁੱਖ 'ਤੇ ਹਮਲਾ ਨਹੀਂ ਕੀਤਾ, ਮਹਾਰਾਜ ਇੱਕ ਜ਼ੁਲਮੀ ਬੰਦੇ 'ਤੇ ਹਮਲਾ ਕਰਦੇ ਨੇ, ਕਿਉਂਕਿ ਜਦੋਂ ਕੁੱਤਾ ਹਲਕ ਜਾਏ ਫਿਰ ਹਲਕੇ ਹੋਏ ਦਾ ਇਲਾਜ ਨਹੀਂ, ਹਲਕੇ ਹੋਏ ਨੂੰ ਮਾਰਨਾ ਹੀ ਉਹਦਾ ਇਲਾਜ ਹੋ ਜਾਂਦਾ। ਆਮ ਕਰਕੇ ਹਲਕੇ ਕੁੱਤੇ ਨੂੰ ਗੋਲੀ ਮਾਰ ਦਿੱਤੀ ਜਾਂਦੀ, ਉਹਦਾ ਇਹੀ ਇਲਾਜ ਹੈ ਜੀ। ਅਤੇ ਉਸ ਵੇਲੇ ਕੌਮ ਦੇ ਵਿੱਚ ਇਹ ਇੱਕ ਰੂਹ ਭਰ ਗਈ, ਇਹਨੂੰ ਇੱਕ ਵਿਦਵਾਨ ਨੇ ਬੋਲ ਵੀ ਲਿਖੇ ਵੀ ਤੱਤੀ ਤਵੀ 'ਤੇ ਬੈਠੇ ਹਾਂ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਇੱਕ ਗੱਲ ਵੀ ਕਹਿੰਦੇ ਜਹਾਂਗੀਰ ਨੂੰ ਵੀ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਮਗਰ ਬਦਲਤੇ ਜ਼ਮਾਨੇ ਕੀ ਰਫ਼ਤਾਰ ਕੌਣ ਰੋਕੇਗਾ, ਤੁਮਾਰੀ ਆਤਿਸ਼ ਫਸੀਲੇ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੀ ਆਵਾਜ਼ੋਂ ਕੀ ਪਰਵਾਜ਼ ਰੋਕਣੇ ਵਾਲੇ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਜੀ, ਤੂੰ ਮੇਰੇ ਸਰੀਰ ਨੂੰ ਮੁਕਾ ਸਕਦਾ ਆ ਪਰ ਮੇਰੀ ਰਸਨਾ ਤੋਂ ਨਿਕਲੀ ਹੋਈ ਸ਼ਬਦਾਂ ਦੀ ਉਡਾਰੀ ਨੂੰ ਤੂੰ ਨਹੀਂ ਰੋਕ ਸਕਦਾ, ਉਹਨੂੰ ਇਹ ਸਰੀਰ ਨੂੰ ਮੁਕਾਇਆ ਜਾ ਸਕਦਾ, ਤੇਰੀ ਅੱਗ ਉਸ ਉਡਾਰੀ ਨੂੰ ਨਹੀਂ ਮੁਕਾ ਸਕੇਗੀ ਜੀ। ਔਰ ਫਿਰ ਉਹਦੇ ਨਾਲ ਇੱਕ ਐਸਾ ਰੂਪ ਬਦਲਿਆ ਜੀ, ਇੱਕ ਐਸਾ ਇਨਕਲਾਬ ਸਾਹਮਣੇ ਆਇਆ ਜਿੱਥੇ ਮਹਾਰਾਜ ਨੇ ਮਰਨ ਦੀ ਜਾਂਚ ਸਿਖਾਈ, ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਜੀਣ ਦੀ ਜਾਂਚ ਫਿਰ ਸਿਖਾਈ ਵੀ ਜੀਆ ਵੀ ਇਸ ਤਰ੍ਹਾਂ ਜਾਂਦਾ ਆ ਜੀ। ਔਰ ਉੱਥੇ ਫਿਰ ਹੱਕ ਜਿਹੜਾ ਆ ਉਹ ਹੱਥ ਜੋੜ ਕੇ ਨਹੀਂ, ਹੱਕ ਜਿਹੜਾ ਉਹ ਤਲਵਾਰ ਦੇ ਆਧਾਰ 'ਤੇ ਵੀ ਲਿਆ ਜਾਂਦਾ ਜੀ ਜੀ। ਯਾਨੀ ਜੀ ਤੁਹਾਡੀਆਂ ਗੱਲਾਂ ਤੋਂ ਅਸੀਂ ਬੜਾ ਲਾਹਾ ਲਿਆ, ਪਰ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ, ਦਰਸ਼ਕੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚ ਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੁਰ ਕੀ ਬਾਤ ਵਿੱਚ।
ਵੀਰ ਜੀ ਆਪਾਂ ਗੱਲ ਕਰਦੇ ਸਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਉੱਪਰ ਸਤਿਗੁਰ ਪਾਤਸ਼ਾਹ ਦੀ ਸ਼ਹਾਦਤ ਦਾ ਜੋ ਅਸਰ ਹੋਇਆ, ਜੇ ਮੈਂ ਤੁਹਾਡੇ 'ਤੇ ਇੱਕ ਸਵਾਲ ਕਰਾਂ ਵੀ ਸ਼ਹਾਦਤਾਂ ਕੌਮ ਲਈ ਕਿਉਂ ਹੁੰਦੀਆਂ ਨੇ, ਤਾਂ ਇਹਦਾ ਕੀ ਜਵਾਬ ਹੈ? ਬਿਲਕੁਲ ਜੀ, ਜਿਹੜਾ ਇਹ ਸ਼ਹਾਦਤ ਦਾ ਪੱਖ ਆ ਵੀ ਕੌਮ ਲਈ, ਬੜੇ ਪਿਆਰੇ ਬੋਲ ਆ ਵਿਦਵਾਨਾਂ ਦੇ ਕਿ ਜਿਵੇਂ ਸਰੀਰ ਜਿਹੜਾ ਆ ਉਹ ਜੀ ਰਿਹਾ ਆ ਇੱਕ ਸਾਹਾਂ ਕਰਕੇ, ਪਰ ਤਨ ਕਰਕੇ ਸਰੀਰ ਦਾ ਜਿਹੜਾ ਜੀਣਾ ਆ ਤੰਦਰੁਸਤੀ ਲਈ ਉਹ ਇਸ ਕਰਕੇ ਜੀ ਰਿਹਾ ਵੀ ਇਹਦੇ ਵਿੱਚ ਖੂਨ ਦੀ ਮਾਤਰਾ ਜਿਹੜੀ ਉਹ ਵਧੀਆ ਤਰੀਕੇ ਨਾਲ ਚੱਲ ਰਹੀ ਆ। ਖੂਨ ਦੇ ਤੱਤਾਂ ਦਾ ਘੱਟ ਜਾਣਾ ਸਰੀਰ ਦਾ ਬਿਮਾਰ ਹੋ ਜਾਣਾ ਆ, ਖੂਨ ਦੇ ਤੱਤ ਬਹੁਤ ਘੱਟ ਜਾਣ ਤਾਂ ਸਰੀਰ ਦੀ ਕਈ ਵਾਰ ਡੈਥ ਹੋ ਜਾਂਦੀ, ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਖੂਨ ਦੀ ਬਹੁਤ ਲੋੜ ਆ, ਕੌਮਾਂ ਵੀ ਉਹੀ ਦੁਨੀਆਂ 'ਤੇ ਜਿਉਂਦੀਆਂ ਜਾਗਦੀਆਂ ਜਿਨ੍ਹਾਂ ਕੌਮਾਂ ਦੇ ਜੜ੍ਹਾਂ ਦੇ ਵਿੱਚ ਸ਼ਹੀਦਾਂ ਦਾ ਖੂਨ ਪਿਆ ਆ। ਅਸੀਂ ਬੋਲ ਪੜ੍ਹਦੇ ਹਾਂ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਕਹਿੰਦੇ ਜ਼ਿੰਦਗੀ ਨੂੰ ਜੀ, ਉਹ ਕੌਮ ਦੀ ਜ਼ਿੰਦਗੀ ਹੁੰਦੇ ਆ। ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਜੀ। ਮਹਾਰਾਜ ਰੱਬੀ ਬਾਣੀ ਵਿੱਚ ਕਹਿੰਦੇ ਆ ਕਿ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਸ਼ਹਾਦਤ ਜਿਹੜੀ ਹੋ ਜਾਣੀ ਕੌਮਾਂ ਦੇ ਉੱਤੇ ਇੱਕ ਅਸਰ, ਵੀ ਉਹ ਕੌਮਾਂ ਜਿਹੜੀਆਂ ਉਸ ਸ਼ਹਾਦਤ ਤੋਂ ਇੰਨਾ ਕੁ ਕੁਝ ਲੈਂਦੀਆਂ ਆ। ਅਸੀਂ ਅੰਦਾਜ਼ਾ ਲਾਈਏ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਰਾਂ ਜੰਗਾਂ ਦੇ ਵਿੱਚ ਸਿੱਖਾਂ ਹੱਸ ਹੱਸ ਕੇ ਸ਼ਹੀਦੀਆਂ ਦਿੱਤੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਦੇ ਪਰਿਵਾਰ ਦੀ ਸ਼ਹਾਦਤ, ਉਹਦੇ ਤੋਂ ਬਾਅਦ ਐਸਾ ਇੱਕ ਸ਼ਹੀਦੀ ਦਾ ਦੌਰ ਚੱਲਦਾ, ਅਸੀਂ ਕਹਿ ਲਈਏ ਵੀ 1708 ਤੋਂ ਲੈ ਕੇ ਤਕਰੀਬਨ 1800 ਸਨ ਤੱਕ ਇਹ 100 ਸਾਲ ਪੂਰਾ ਹੀ ਸ਼ਹੀਦੀਆਂ ਨਾਲ ਭਰਿਆ। ਔਰ ਇਹ ਸ਼ਹੀਦੀ ਦਾ ਬੀਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹੀ ਬੀਜਦੇ ਆ, ਔਰ ਉਹ ਬੀਜ ਇੰਨਾ ਕੁ ਪ੍ਰਫੁੱਲਿਤ ਹੋਇਆ ਆਪਣੀ ਸੱਚ ਦੀ ਗੱਲ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਰੱਖੀ ਉਹ ਸੱਚ ਦੀ ਗੱਲ ਲਈ ਜ਼ਿੰਦਗੀ ਦਾ ਠੀਕਰਾ ਭੰਨਣਾ ਪਿਆ ਜੀ, ਪਰ ਇੱਕ ਕੌਮ ਲਈ ਐਸੀ ਦਾਤ ਝੋਲੀ ਪੈ ਗਈ ਉਹ ਸੱਚ ਦੇ ਉੱਤੇ ਅਡੋਲ ਰਹੇ, ਭਾਵੇਂ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ 'ਚ ਹਾਰ ਵੀ ਪੈ ਗਏ, ਪਰ ਉਸ ਸੱਚ ਨੂੰ ਕੋਈ ਵੀ ਬਦਲ ਨਹੀਂ ਸਕਿਆ। ਸ਼ਹੀਦੀਆਂ ਬੇਸ਼ੱਕ ਬਹੁਤ ਹੋ ਗਈਆਂ। ਵੀ ਸ਼ਹਾਦਤ ਜਿਹੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜੀ, ਇਸ ਤੋਂ ਬਾਅਦ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਦੀ ਇੱਕ ਸਾਹਮਣੇ ਇੱਕ ਸਰੋਤ ਸੀ, ਪ੍ਰੇਰਨਾ ਸਰੋਤ ਕਹਿ ਸਕਦੇ ਹਾਂ ਜੀ। ਦਰਸ਼ਕੋ, ਇੱਥੇ ਮੈਂ ਛੋਟੀ ਜਿਹੀ ਤੁਹਾਡੇ ਨਾਲ ਇਤਿਹਾਸ ਦੀ ਗੱਲ ਦੁਹਰਾ ਦਿਆਂ। ਜਦੋਂ ਅਸੀਂ ਗੱਲ ਕਰਦੇ ਹਾਂ ਉੱਬਲਦੀ ਦੇਗ ਦੀ, ਜਿਵੇਂ ਗਿਆਨੀ ਜੀ ਨੇ ਕਿਹਾ ਵੀ ਜਦੋਂ ਬਾਕੀ ਸ਼ਹਾਦਤਾਂ ਹੁੰਦੀਆਂ ਨੇ ਅਤੇ ਇੱਕ ਸਰੋਤ ਹੈ ਸਾਹਮਣੇ, ਅੱਖਾਂ ਦੇ ਸਾਹਮਣੇ ਇੱਕ ਤਸਵੀਰ ਆਉਂਦੀ ਹੈ ਵੀ ਜੇ ਸਾਡੇ ਸਤਿਗੁਰੂ ਤੱਤੀ ਤਵੀ 'ਤੇ ਬੈਠ ਜਾਂਦੇ ਨੇ ਹਕੂਮਤ ਦੇ ਅੱਗੇ ਗੋਡੇ ਨਹੀਂ ਟੇਕਦੇ, ਅਤੇ ਇੱਥੇ ਸਾਡਾ ਵੀ ਧਰਮ ਫਰਜ਼ ਬਣਦਾ ਵੀ ਅਸੀਂ ਵੀ ਹਕੂਮਤ ਦੇ ਅੱਗੇ ਗੋਡੇ ਨਹੀਂ ਟੇਕਣੇ। ਇੱਥੇ ਮੈਂ ਛੋਟੀ ਜਿਹੀ ਤੁਹਾਡੇ ਨਾਲ ਇੱਕ ਉਦਾਹਰਨ ਸਾਂਝੀ ਕਰਨ ਲੱਗਾ ਵਾਂ। ਜਦੋਂ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਫਿਰ ਹੁੰਦੀ ਹੈ, ਇਹ ਦੋ ਸ਼ਹਾਦਤਾਂ ਦੇ ਵਿੱਚ ਇੱਕ ਬੜਾ ਵੱਡਾ ਅੰਤਰ ਹੈ। ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਵੇਲੇ ਸਿੱਖ ਵੇਖਦਾ ਅਤੇ ਸਤਿਗੁਰ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਰਹੀ ਹੈ, ਪਰ ਜਦੋਂ ਨੌਵੇਂ ਗੁਰੂ ਦੇਵ ਦਾ ਸਮਾਂ ਆਉਂਦਾ ਹੈ ਅਤੇ ਸਤਿਗੁਰੂ ਵੇਖਦੇ ਨੇ ਅਤੇ ਸਿੱਖਾਂ ਦੀ ਸ਼ਹਾਦਤ ਹੋ ਰਹੀ ਹੈ, ਦੋ ਚੀਜ਼ਾਂ ਦੇ ਵਿੱਚ ਬੜਾ ਵੱਡਾ ਇੱਕ ਅੰਤਰ ਹੈ। ਸਵਾਲ ਪੈਦਾ ਹੁੰਦਾ ਵੀ ਇਹਦੇ ਵਿੱਚ ਅੰਤਰ ਵਾਲੀ ਕਿਹੜੀ ਗੱਲ ਹੈ, ਇਹ ਤਾਂ ਹਕੂਮਤ ਦੀ ਮਰਜ਼ੀ ਦੇ ਮੁਤਾਬਕ ਹੋਇਆ ਨਹੀਂ। ਇੱਥੇ ਵੇਖਣ ਵਾਲੀ ਗੱਲ ਹੈ ਕਿ ਜਦੋਂ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਅਤੇ ਸਿੱਖ ਵੇਖਦਾ ਉਸ ਸ਼ਹਾਦਤ ਨੂੰ, ਜਦੋਂ ਨੌਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵੇਲਾ ਆਉਂਦਾ ਅਤੇ ਚੇਤਾ ਰੱਖਿਆ ਜੀ ਉਦੋਂ ਸਤਿਗੁਰੂ ਵੇਖਦੇ ਨੇ ਅਤੇ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ, ਅਤੇ ਜਦੋਂ ਭਾਈ ਦਿਆਲਾ ਜੀ ਦਾ ਨੰਬਰ ਆਉਂਦਾ ਨਾ, ਅਤੇ ਭਾਈ ਦਿਆਲਾ ਜੀ ਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪਾਣੀ ਦੇ ਵਿੱਚ ਉਬਾਲਿਆ ਗਿਆ, ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ, ਅਤੇ ਸਤਿਗੁਰ ਪਾਤਸ਼ਾਹ ਜੀ ਵੱਲ ਭਾਈ ਦਿਆਲਾ ਜੀ ਦਾ ਮੁੱਖ ਹੈ। ਸਤਿਗੁਰੂ ਵੇਖ ਕੇ ਕਹਿੰਦੇ ਨੇ ਕਿ ਦਿਆਲੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਉਸ ਪ੍ਰਭੂ ਦੇ ਅੱਗੇ ਬੇਨਤੀ ਕਰੀਏ ਜਾਂ ਤੇਰੇ ਅੰਦਰ ਦੀ ਇੱਛਾ ਕੀ ਹੈ। ਅਤੇ ਭਾਈ ਦਿਆਲਾ ਜੀ ਨੇ ਬੜਾ ਸੋਹਣਾ ਇੱਕ ਬਚਨ ਕਿਹਾ, ਕਹਿਣ ਲੱਗੇ ਸਾਹਿਬ ਜੀ ਦੁਨਿਆਵੀ ਸਕੂਲ ਦੇ ਵਿੱਚ ਐਸਾ ਹੁੰਦਾ ਵੀ ਅਧਿਆਪਕ ਪਹਿਲੇ ਦਿਨ ਆਪ ਪੜ੍ਹਾਉਂਦਾ ਅਤੇ ਪੜ੍ਹਾ ਕੇ ਇਹ ਗੱਲ ਕਹਿੰਦਾ ਕਿ ਜਿਹੜਾ ਸਬਕ ਮੈਂ ਤੈਨੂੰ ਪੜ੍ਹਾਇਆ ਕੱਲ੍ਹ ਮੈਂ ਤੇਤੋਂ ਪੜ੍ਹਾਵਾਂਗਾ ਨਹੀਂ, ਕੱਲ੍ਹ ਮੈਂ ਤੇਰੇ ਕੋਲੋਂ ਸੁਣਨਾ ਹੈ, ਅੱਜ ਮੈਂ ਤੈਨੂੰ ਪੜ੍ਹਾ ਰਿਹਾ ਵਾਂ ਅਤੇ ਕੱਲ੍ਹ ਤੂੰ ਸੁਣਦਾ ਪਿਆ, ਕੱਲ੍ਹ ਤੂੰ ਸੁਣਾਵੇਂਗਾ ਅਤੇ ਮੈਂ ਸੁਣਾਂਗਾ। ਸੱਚੇ ਪਾਤਸ਼ਾਹ ਜਿਹੜਾ ਪੰਜਵੇਂ ਜਾਮੇ ਦੇ ਵਿੱਚ ਤੁਸੀਂ ਸਬਕ ਸਾਨੂੰ ਪੜ੍ਹਾ ਕੇ ਗਏ ਹੋ ਨਾ, ਅੱਜ ਨੌਵੇਂ ਜਾਮੇ ਦੇ ਵਿੱਚ ਉਸ ਸਬਕ ਦੀ ਸਾਡੀ ਪ੍ਰੀਖਿਆ ਹੋ ਰਹੀ ਹੈ, ਅਰਦਾਸ ਕਰਦੇ ਹਾਂ ਤੁਹਾਡੇ ਚਰਨਾਂ ਦੇ ਵਿੱਚ ਇਸ ਪ੍ਰੀਖਿਆ ਦੇ ਵਿੱਚੋਂ ਅਸੀਂ ਸਫਲ ਹੋ ਜਾਈਏ।
ਯਾਨੀ ਜੀ ਗੱਲ ਇਸੇ ਪ੍ਰਕਾਰ ਹੈ ਤੁਹਾਡੀ ਕਿ ਸ਼ਹਾਦਤ ਦਾ ਅਸਰ ਬੜਾ ਲੰਬਾ ਹੁੰਦਾ ਆ ਜੀ। ਇੰਝ ਕਹਿ ਲਓ ਕਿ ਬਾਕੀ ਜਿੰਨੀਆਂ ਵੀ ਸ਼ਹਾਦਤਾਂ ਹੁੰਦੀਆਂ ਨੇ ਬੜੀਆਂ ਹੱਸ ਹੱਸ ਕੇ ਹੁੰਦੀਆਂ ਨੇ, ਔਰ ਦਰਸ਼ਕੋ ਇਹ ਵੀ ਤੁਹਾਨੂੰ ਦੱਸਣਾ ਵਾਜਬ ਹੋਵੇਗਾ ਕਿ ਅੱਜ ਤੱਕ ਦੇ ਇਤਿਹਾਸ ਦੇ ਅੰਦਰ ਸਾਡਾ ਇਤਿਹਾਸ ਸ਼ਰਧਾਲੂਆਂ ਨੇ ਵੀ ਲਿਖਿਆ, ਈਰਖਾਲੂਆਂ ਨੇ ਵੀ ਲਿਖਿਆ, ਭਾਵੇਂ ਨਿਆਂ ਦੋਵੇਂ ਨਹੀਂ ਕਰਦੇ ਹੁੰਦੇ, ਸ਼ਰਧਾਲੂ ਲੋੜ ਤੋਂ ਵੱਧ ਕੇ ਲਿਖਣ ਲੱਗ ਪੈਂਦਾ, ਈਰਖਾਲੂ ਤਾਂ ਕਲਮ ਹੀ ਇਸੇ ਕਰਕੇ ਚੁੱਕੀ ਹੁੰਦੀ, ਈਰਖਾ ਬਸ ਹੋ ਕੇ ਲਿਖਣਾ, ਸ਼ਰਧਾਲੂਆਂ ਨੇ ਵੀ ਲਿਖਿਆ ਅਤੇ ਈਰਖਾਲੂਆਂ ਨੇ ਵੀ ਲਿਖਿਆ ਜੀ। ਪਰ ਅੱਜ ਤੱਕ ਕਿਸੇ ਨੇ ਇਹ ਨਹੀਂ ਜ਼ਿਕਰ ਕੀਤਾ ਵੀ ਜਿਸ ਵੇਲੇ ਸਿੱਖ ਦੇ ਸਿਰ ਦੇ ਉੱਪਰ ਮੌਤ ਆਈ ਹੈ, ਸਿੱਖ ਡੋਲ ਗਿਆ ਅਤੇ ਡੋਲਦੇ ਹੋਏ ਨੇ ਕਹਿ ਦਿੱਤਾ ਹੋਵੇ ਕਿ ਮੈਂ ਸਿੱਖ ਨਹੀਂ ਹਾਂ। ਇਹ ਸਾਰਾ ਸਿਰ ਹੈ ਜਿਹੜਾ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦਿਆਂਗੇ। ਬਿਲਕੁਲ ਜੀ, ਗੁਰੂ ਅਰਜਨ ਦੇਵ ਸਾਹਿਬ ਨੇ ਹੀ ਸ਼ਹਾਦਤ ਦਾ ਬੀਜ ਬੀਜਿਆ ਜੀ, ਅਤੇ ਜਿਹੜੀ ਇਹ ਸੱਚੀ ਗੱਲ ਕਹਿਣ ਦੀ ਗੱਲ ਆ, ਸੱਚ ਦੇ ਉੱਤੇ ਪਹਿਰਾ ਦੇਣਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹੀ ਸਿਖਾਇਆ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਐਸਾ ਸੱਚ ਦਾ ਬੀਜ ਬੀਜਿਆ, ਉਹ ਸ਼ੇਰ ਗਰਜ ਕਹਿ ਲਈਏ ਜਿਹਨੂੰ ਭਾਈ ਗੁਰਦਾਸ ਕਹਿੰਦੇ, ਸਿੰਘ ਬੁੱਕੇ ਮਿਰ ਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਉਹ ਸਿੰਘ ਗਰਜ ਹੀ ਅੱਗੇ ਤੋਂ ਅੱਗੇ ਜਿਹੜੀ ਇਹ ਚੱਲਦੀ ਆ, ਔਰ ਸਿੰਘ ਗਰਜ ਦੇ ਵਿੱਚ ਹੀ ਸੱਚ ਦੇ ਨਾਲ ਜੁੜ ਜਾਣਾ, ਕਿਉਂਕਿ ਸ਼ਹਾਦਤ ਦਾ ਪੱਖ ਹੀ ਇੰਨਾ ਕੁ ਉੱਚਾ ਆ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵੇਖੀਏ ਤਾਂ ਦੋ ਵਾਰੀ ਸ਼ਹੀਦ ਲਫ਼ਜ਼ ਆਇਆ, ਪਹਿਲੀ ਵਾਰੀ ਮਹਾਰਾਜ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਵਰਤਦੇ ਨੇ, ਪੀਰ ਪੈਕਾਮਰ ਸਾਲਕ ਸਾਧਕ ਸੋਧੇ ਔਰ ਸ਼ਹੀਦ। ਹੁਣ ਇੱਥੇ ਇਸਲਾਮੀ ਬੋਲੀ ਨਾਲ ਜੁੜਿਆ ਹੋਇਆ ਸ਼ਹੀਦ ਲਫ਼ਜ਼ ਜੀ। ਦੂਜੀ ਵਾਰੀ ਬਾਬਾ ਕਬੀਰ ਸਾਹਿਬ ਨੇ ਵਰਤਿਆ ਆ, ਇਹ ਖਿਮਾ ਕਰਨਾ ਬਾਬਾ ਰਵਿਦਾਸ ਜੀ ਨੇ ਦੂਜੀ ਵਾਰੀ ਇਹ ਸ਼ਬਦ ਵਰਤਿਆ ਆ, ਬਾਬਾ ਕਬੀਰ ਸਾਹਿਬ ਜੀ ਦੇ ਪਰਿਵਾਰ ਦੇ ਸੰਬੰਧੀ, ਤਾਂ ਕਿ ਮਾਨੀਆ ਸ਼ੇਖ ਸ਼ਹੀਦ ਪੀਰਾ। ਹੁਣ ਜਦੋਂ ਇਹ ਅਸੀਂ ਵੇਖਦੇ ਹਾਂ ਦੋਨਾਂ ਲਫ਼ਜ਼ਾਂ ਨੂੰ ਇਸਲਾਮੀ ਮਤ ਅਨੁਸਾਰ ਲਿਖੇ ਨੇ, ਇਸਲਾਮੀ ਮਤ ਵਿੱਚ ਸ਼ਹੀਦ ਦੀ ਪਰੰਪਰਾ ਬਹੁਤ ਛੋਟੀ ਜੀ ਆ। ਉਹ ਤਾਂ ਇਹ ਵੀ ਕਹਿੰਦੇ ਆ ਕਿ ਮੁਹੰਮਦ ਸਾਹਿਬ ਜੀ ਦਾ ਦੰਦ ਟੁੱਟ ਜਾਣਾ, ਦੰਦ ਟੁੱਟ ਗਿਆ ਅਤੇ ਉਹ ਟੁੱਟੇ ਹੋਏ ਦੰਦ ਨੂੰ ਵੀ ਸ਼ਹੀਦ ਨਾਲ ਹੀ ਤਸ਼ਬੀਹ ਦਿੰਦੇ ਨੇ ਕਿ ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ, ਉਹ ਦੰਦ ਨੂੰ ਵੀ ਇੱਕ ਸ਼ਹੀਦ ਨਾਲ ਹੀ ਜੋੜਦੇ ਵੀ ਦੰਦ ਟੁੱਟ ਗਿਆ ਅਤੇ ਸ਼ਹੀਦ ਹੋ ਗਿਆ, ਉਂਗਲ ਕੱਟੀ ਗਈ ਅਤੇ ਉਂਗਲ ਸ਼ਹੀਦ ਹੋ ਗਈ। ਪਰ ਸਿੱਖੀ ਦੇ ਵਿੱਚ ਐਸਾ ਨਹੀਂ ਹੈ, ਸਿੱਖੀ ਦੇ ਵਿੱਚ ਇਹਦੀਆਂ ਰੋਹ ਰੀਤਾਂ ਬਹੁਤ ਵੱਡੀਆਂ ਨੇ, ਆਪਣੇ ਤਨ ਦਾ ਠੀਕਰਾ ਭੰਨ ਜਾਣਾ ਪਰ ਉਸ ਸੱਚ ਦੇ ਉੱਤੇ ਠੀਕਰਾ ਭੰਨ ਜਾਣਾ ਨਹੀਂ ਸ਼ਹੀਦ ਹੁੰਦਾ ਜੀ, ਜਿਵੇਂ ਠੀਕਰਾ ਭੰਨ ਦੇਣਾ ਸ਼ਹੀਦ ਨਹੀਂ, ਦੇਖਣਾ ਪਏਗਾ ਕਿ ਇਹਦੇ ਪਿੱਛੇ ਮਨੋਰਥ ਕੀ ਸੀ। ਬਿਲਕੁਲ, ਆਪਣੇ ਪਰਿਵਾਰਾਂ ਦੀ ਖਾਤਰ ਤੇ ਦੁਨੀਆ ਮਰਦੀ ਆਈ ਹੈ, ਸੱਚ ਦੇ ਉੱਤੇ ਪਹਿਰਾ ਦੇਣਾ। ਹਾਂਜੀ ਜੀ, ਜਿਹੜਾ ਸੱਚ ਦੇ ਉੱਤੇ ਪਹਿਰਾ ਦੇਣਾ ਕਿ ਉਸ ਵੇਲੇ ਇੱਕ ਦੇ ਪਿੱਛੇ ਸਾਰੀ ਕੌਮ ਖੜੋਤੀ ਆ, ਗੁਰੂ ਨਾਨਕ ਸਾਹਿਬ ਦਾ ਪੜ੍ਹਾਇਆ ਹੋਇਆ ਸਬਕ ਸਾਰਾ ਨਾਲ ਆ, ਜੋ ਗੁਰੂ ਨਾਨਕ ਸਾਹਿਬ ਜੀ ਨੇ ਸਿਧਾਂਤ ਤੋਰਿਆ ਨਿਰਮਲ ਪੰਥ ਆ ਸਾਰਾ ਕੁਝ ਅੱਜ ਗੁਰੂ ਅਰਜਨ ਦੇਵ ਸਾਹਿਬ ਤੇ ਖੜੋਤਾ ਆ ਜੀ। ਮਹਾਰਾਜ ਪਿਤਾ ਨੇ ਉਸ ਸਿਧਾਂਤ ਨੂੰ ਇੰਨਾ ਉੱਚਾ ਕੀਤਾ ਵੀ ਸਰੀਰ ਮੁੱਕ ਜਾਏ ਪਰ ਉਹ ਸਿਧਾਂਤ ਨਹੀਂ ਮੈਂ ਮੁੱਕਣ ਦੇਣਾ ਜੀ। ਜੀ ਜੀ, ਦਰਸ਼ਕੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਸਤਿਕਾਰਯੋਗ ਗਿਆਨੀ ਜੀ ਨੇ ਸਾਨੂੰ ਸੁਣਾਇਆ। ਕੁਝ ਸਾਡੇ ਸਵਾਲ ਸਨ, ਕੁਝ ਤੁਹਾਡੇ ਸਵਾਲ ਸਨ, ਉਹ ਸਾਰੇ ਸਵਾਲ ਜਿਹੜੇ ਨੇ ਉਹ ਸਾਂਝੇ ਕੀਤੇ ਨੇ। ਜਦੋਂ ਸ਼ਹਾਦਤ ਦੀ ਗੱਲ ਆਉਂਦੀ ਹੈ ਤਾਂ ਇੱਥੇ ਮੈਂ ਤੁਹਾਨੂੰ ਹੱਥ ਜੋੜ ਕੇ ਇੱਕ ਛੋਟੀ ਜਿਹੀ ਬੇਨਤੀ ਜ਼ਰੂਰ ਕਰਾਂਗਾ। ਸ਼ਹੀਦ ਉਹ ਨਹੀਂ ਹੁੰਦਾ ਜਿਹੜਾ ਆਪਣੇ ਨਿੱਜ ਸਵਾਰਥ ਦੇ ਲਈ ਮਰ ਜਾਵੇ, ਸ਼ਹੀਦ ਉਹ ਹੁੰਦਾ ਜਿਸ ਕਾਰਜ ਦੇ ਵਿੱਚ ਉਹਦਾ ਨਿੱਜੀ ਸਵਾਰਥ ਕੋਈ ਨਾ ਹੋਵੇ, ਕੌਮ ਲਈ, ਸਿਧਾਂਤ ਲਈ, ਦੇਸ਼ ਲਈ, ਅਣਖ ਲਈ ਹੋਵੇ, ਸੱਚ ਲਈ ਹੋਵੇ, ਤਾਂ ਉਹਨੂੰ ਸ਼ਹੀਦ ਕਿਹਾ ਜਾਂਦਾ। ਪਰ ਬੜਾ ਦੁੱਖ ਲੱਗਦਾ ਜਦੋਂ ਪਿੰਡਾਂ ਦੇ ਵਿੱਚ ਥਾਵਾਂ ਬਣੀਆਂ ਹੋਈਆਂ ਨੇ, ਇਹ ਕੀ ਸਾਡੇ ਪਿੰਡ ਸ਼ਹੀਦਾਂ ਦੀ ਥਾਂ ਬਣੀ ਹੈ, ਇਹ ਸ਼ਹੀਦੀ ਪਹਿਰਾ ਆਉਂਦਾ। ਮਾਫ਼ ਕਰਿਆ ਜੇ, ਇੰਝ ਨਿਸ਼ਾਨ ਸਾਹਿਬ ਕਬਜ਼ੇ ਦੀਆਂ ਥਾਵਾਂ ਦੇ ਉੱਪਰ ਗੱਡ ਕੇ ਸ਼ਹੀਦਾਂ ਦਾ ਸਤਿਕਾਰ ਨਹੀਂ ਅਸੀਂ ਕਰਦੇ, ਸ਼ਹੀਦਾਂ ਦਾ ਨਿਰਾਦਰ ਕਰਦੇ ਹਾਂ। ਸ਼ਹੀਦ ਕੀ ਇਹ ਰੁਤਬਾ ਕੌਮ ਦੇ ਵਿੱਚ ਬੜਾ ਮਹਾਨ ਹੈ? ਯਾਨੀ ਜੀ ਤੁਸੀਂ ਸਾਡੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਬੜੇ ਪਹਿਲੂ ਜਿਹੜੇ ਨੇ ਉਹ ਸਾਡੇ ਨਾਲ ਵਿਚਾਰੇ ਨੇ। ਅੱਜ ਆਪਾਂ 12 ਐਪੀਸੋਡ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੱਕ ਦੇ ਪ੍ਰਸੰਗ ਕੰਪਲੀਟ ਕੀਤੇ ਨੇ। ਆਪਣੇ ਵੱਲੋਂ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹੀ ਹੱਥ ਜੋੜ ਕੇ ਗਿਆਨੀ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਤਿਹਾਸ ਬੜਾ ਹੀ ਭਾਵਨਾ ਦੇ ਨਾਲ ਭਰਿਆ ਹੋਇਆ ਹੈ, ਔਰ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਦਾ ਇਤਿਹਾਸ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਮੱਖੂ ਜੀ ਔਰ ਅਕਾਲ ਚੈਨਲ ਵੱਲੋਂ ਸਾਰੀ ਸੰਗਤ ਤੱਕ ਇਹ ਪਹੁੰਚਾਇਆ ਜਾ ਰਿਹਾ, ਔਰ ਮੈਂ ਹਿਰਦੇ ਤੋਂ ਇਹੀ ਬੇਨਤੀ ਕਰਨੀ ਚਾਹਾਂਗਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਔਰ ਉਹਨਾਂ ਦੇ ਇਤਿਹਾਸ ਨੂੰ ਸੁਣੀਏ ਵੀ, ਸਮਝੀਏ ਵੀ, ਔਰ ਉਹਦੇ ਉੱਤੇ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰੀਏ। ਗੁਰੂ ਸਾਹਿਬ ਦੀਆਂ ਪਾਈਆਂ ਹੋਈਆਂ ਸਾਡੇ ਲਈ ਸੰਧਲੀ ਪੈੜਾਂ ਸਾਡੇ ਜੀਵਨ ਲਈ ਬਹੁਤ ਵੱਡਾ ਰੋਸ਼ਨ ਮਿਨਾਰਾ ਹਨ, ਅਸੀਂ ਉਹਨਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ।
ਗਿਆਨੀ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਤੁਸੀਂ ਸਾਡੇ ਨਾਲ ਵਾਰ ਵਾਰ ਤੁਹਾਨੂੰ ਆਉਣਾ ਪਿਆ, ਸਮਾਂ ਕੱਢਿਆ ਅਤੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦੇ ਨਾਲ ਤੁਸੀਂ ਇਤਿਹਾਸ ਦੀਆਂ ਬਰੀਕੀਆਂ ਤੋਂ ਸਾਂਝਾ ਪਾਈਆਂ ਨੇ। ਸੋ ਦਰਸ਼ਕੋ, ਅਗਲੇ ਹਫ਼ਤੇ ਕਿਤੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਗੱਲ ਕਰਾਂਗਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना।